ਡਾਕਟਰ ਬੀ ਆਰ ਅੰਬੇਦਕਰ ਕਲੱਬ ਝੜੇੜੀ ਦੇ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਤਸਵੀਰਾਂ ਦੇਖ ਸਕਦੇ ਹੋ ਤਾਂ ਪੁਰਾਣੇ ਸੱਭਿਆਚਾਰ ਨੂੰ ਉਜਾਗਰ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਤਾਂ ਉਹ ਕੈਮਰੇ ਦੇ ਵਿੱਚ ਨਜ਼ਰ ਆ ਰਹੀਆਂ ਨੇ। ਤਾਂ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਖੂਹ ਨਜ਼ਰ ਆਉਂਦਾ ਸੀ ਜਿਸ ਦੇ ਰਾਹੀਂ ਪਾਣੀ ਕੱਢਿਆ ਜਾਂਦਾ ਸੀ ਤੇ ਹੋਰ ਵੀ ਸੱਭਿਆਚਾਰਕ ਚੀਜ਼ਾਂ ਨੇ ਜਿਹੜੀਆਂ ਤਾਂ ਲੋਕਾਂ ਨੂੰ ਦਰਸਾਉਣ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਇਸ ਤੀਆਂ ਦੇ ਮੌਕੇ ਮਾਤਾਵਾਂ ਭੈਣਾਂ ਦੇ ਵੱਲੋਂ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਜਸ਼ਨ ਨਜ਼ਰ ਆ ਰਿਹਾ ਤਾਂ ਇਸ ਤਿਉਹਾਰ ਦੇ ਮੌਕੇ ਵੱਖ ਵੱਖ ਪਿੰਡਾਂ ਤੋਂ ਜਿਹੜੇ ਅਸੀਂ ਕਹਿ ਸਕਦੇ ਹਾਂ ਵਿਆਹੀਆਂ ਗਈਆਂ ਤਾਂ ਭੈਣਾਂ ਪਿੰਡ ਦੇ ਵਿੱਚ ਪਹੁੰਚ ਕੇ ਤੀਆਂ ਦੇ ਤਿਉਹਾਰ ਦੇ ਵਿੱਚ ਰੌਣਕਾਂ ਲਾਈਆਂ ਨੇ। ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਿੱਧੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤਾਂ ਬੋਲੀਆਂ ਪਾ ਕੇ ਇਸ ਤਿਉਹਾਰ ਦੇ ਵਿੱਚ ਰੌਣਕਾਂ ਲਾਈਆਂ ਨੇ। ਕੀ ਕਹਿਣਾ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਦੇ ਵਿੱਚ ਪਹੁੰਚੀਆਂ ਮਾਤਾਵਾਂ ਭੈਣਾਂ ਦਾ ਤੁਸੀਂ ਵੀ ਸੁਣੋ। ਹੈਲੋ, ਨਾਮ ਮੇਰਾ ਸੰਦੀਪ ਕੌਰ ਜੀ, ਸਾਰੇ ਮੇਰੇ ਪਿੰਡ ਝਨੇੜੀ ਨੇ ਜੀ। ਠੀਕ ਹੈ, ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਆਏ ਹੋ ਤੇ ਤੀਆਂ ਮਨਾਈਆਂ ਨੇ? ਤੀਆਂ ਦਾ ਬਹੁਤ ਵਧੀਆ ਲੱਗਾ ਜੀ, ਪੇਕੇ ਜਾਣ ਦਾ ਨਹੀਂ ਟਾਈਮ ਲੱਗਾ ਤਾਂ ਸਾਰੇ ਵਿੱਚ ਇੰਜੋਏ ਕੀਤਾ ਜੀ ਤੀਆਂ ਦਾ। ਤਾਂ ਪੁਰਾਣੇ ਦਿਨ ਯਾਦ ਆਉਂਦੇ ਆ? ਪੁਰਾਣੇ ਦਿਨ ਬਹੁਤ ਯਾਦ ਆਉਂਦੇ ਨੇ ਜੀ, ਜਿਵੇਂ ਕਿ ਪਿੰਡ ਵਿੱਚ ਪੀਂਘਾਂ ਝੂਟਦੇ ਸੀਗੇ, ਅਸੀਂ ਬੋਲੀਆਂ ਪਾ ਕੇ ਛੋਟੇ ਛੋਟੇ ਹੁੰਦੇ ਨੱਚਦੇ ਸੀਗੇ, ਅੱਜ ਪੀਂਘਾਂ ਝੂਟ ਕੇ ਸਾਨੂੰ ਉਹੀ ਆਪਣੇ ਬਚਪਨ ਦੀ ਦੁਬਾਰਾ ਫੇਰ ਯਾਦ ਆਈ ਜੀ। ਬੋਲੀ ਸੁਣਾਓਗੇ? ਹਾਂਜੀ ਸੁਣਾਓ। ਪੰਜੇ ਕਾਪੀਆਂ ਪੰਜੇ ਸਾਪੀਆਂ ਪੰਜੇ ਕਾਪੀਆਂ ਪੰਜੇ ਸਾਪੀਆਂ ਛੇਮੀ ਹੋਰ ਸਪਾਵਾਂ, ਬਈ ਪਿੰਡ ਦਾ ਮੇਰਾ ਖਾਸ ਰੁੜੇ ਕੀ, ਪਿੰਡ ਦਾ ਮੇਰਾ ਖਾਸ ਰੁੜੇ ਕੀ, ਸਮਝ ਲਿਓ ਬਰਨਾਲਾ, ਜਿਹੜਾ ਮੇਰੀ ਬੋਲੀ ਮੋੜ ਦੂ ਉਹਨੂੰ ਫਤਿਹ ਬੁਲਾਵਾਂ ਤੇ ਅੱਗੇ ਸਤਿਗੁਰ ਨੂੰ, ਫੇਰ ਗਿੱਧੇ ਵਿੱਚ ਆਵਾਂ ਤੇ ਅੱਗੇ ਸਤਿਗੁਰ ਨੂੰ, ਗਿੱਧੇ ਵਿੱਚ ਆਵਾਂ ਤੇ ਅੱਗੇ ਸਤਿਗੁਰ ਨੂੰ, ਫੇਰ ਗਿੱਧੇ ਵਿੱਚ ਆਵਾਂ ਤੇ ਅੱਗੇ ਸਤਿਗੁਰ ਨੂੰ। ਧੰਨਵਾਦ ਜੀ। ਹਾਂਜੀ ਵੀਰ ਜੀ, ਸਾਨੂੰ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਜੋ ਤੀਆਂ ਦਾ ਪ੍ਰੋਗਰਾਮ ਕਰਾਇਆ ਭੀਮ ਰਾਓ ਅੰਬੇਦਕਰ ਕਲੱਬ ਵੱਲੋਂ, ਹੈ ਨਾ, ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ, ਇੱਕ ਨਹੀਂ ਦੋ ਤਿੰਨ ਦਿਨ ਹੁੰਦੇ ਰਹਿਣ, ਹੈ ਨਾ, ਜਿਸ ਤਰ੍ਹਾਂ ਅਸੀਂ ਕੁੜੀਆਂ ਇਕੱਠੀਆਂ, ਸਾਨੂੰ ਬਹੁਤ ਵਧੀਆ ਲੱਗਿਆ। ਮੈਡਮ, ਕਿਸ ਤਰੀਕੇ ਦੇਖਦੇ ਹੋ ਅੱਜ ਦੇ ਬੀਜੀ ਰਜੇਨਿਆਂ ਦੇ ਵਿੱਚੋਂ ਜਿਹੜਾ ਸਮਾਂ ਕੱਢ ਕੇ? ਹਾਂਜੀ ਹਾਂਜੀ, ਬਿਲਕੁਲ ਹੋਣੇ ਚਾਹੀਦੇ ਨੇ ਜੀ, ਦੋ ਤਿੰਨ ਦਿਨ ਹੋਣਾ ਚਾਹੀਦਾ। ਬਹੁਤ ਫੁੱਲੀ ਇੰਜੋਏ ਕੀਤਾ ਅਸੀਂ, ਪੁਰਾਣੀਆਂ ਬਜ਼ੁਰਗ ਕੁੜੀਆਂ ਮਾਤਾਵਾਂ ਸਾਰੀਆਂ ਇਕੱਠੀਆਂ ਹੋਈਆਂ, ਬਹੁਤ ਵਧੀਆ ਲੱਗਿਆ ਸਾਨੂੰ, ਹੈ ਨਾ ਜੀ। ਲੱਗਦਾ ਸੱਭਿਆਚਾਰ ਵੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਹਾਂ, ਹੈ ਨਾ ਜੀ। ਹਾਂਜੀ, ਇਸ ਤਰ੍ਹਾਂ ਹੋਣਾ ਚਾਹੀਦਾ ਜੀ, ਨੌਜਵਾਨ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤਾਂ ਜਿੱਦਾਂ ਬੋਲੀਆਂ ਪਾਈਆਂ ਤਾਂ ਲੱਗਦਾ ਵੀ ਪੁਰਾਣਾ ਸਮਾਂ। ਹਾਂਜੀ ਬਿਲਕੁਲ ਬਿਲਕੁਲ, ਹਾਂਜੀ, ਅਸੀਂ ਆਪਣੇ ਥਕਾਵਟਾਂ ਤੋਂ ਰੁਝੇਵਿਆਂ ਤੋਂ, ਹੈ ਨਾ, ਇੱਥੇ ਆਏ, ਸਾਰੇ ਬੋਝ ਲੱਥ ਕੇ ਬੜਾ ਇੰਜੋਏ ਕੀਤਾ, ਫੁੱਲ ਇੰਜੋਏ। ਪਿੰਡ ਦੇ ਨਗਰ ਦੀ ਮੈਨੇਜਮੈਂਟ ਕਿਵੇਂ ਲੱਗੀ? ਬਹੁਤ ਵਧੀਆ ਲੱਗੀ ਸੀ, ਬਹੁਤ ਜ਼ਿਆਦਾ ਵਧੀਆ। ਸਿੰਘ ਜੀ, ਡਾਕਟਰ ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਜੀ, ਸਾਡੇ ਇਹ ਅੱਜ ਜਿਹੜਾ ਤੀਆਂ ਦਾ ਪ੍ਰੋਗਰਾਮ ਮਨਵਾਇਆ ਜਾ ਰਿਹਾ ਜੀ, ਇਹ ਦੋ ਕਲੱਬਾਂ ਦੀ ਤੀਜੇ ਕਲੱਬ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈਗਾ ਜੀ, ਸਾਰੇ ਨਗਰ ਦਾ ਸਹਿਯੋਗ ਹੈਗਾ, ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ, ਅਸੀਂ ਇਸ ਤੋਂ ਅਗਲੀ ਵਾਰ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਾਵਾਂਗੇ। ਸਾਡੀ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਵਾਰ ਕੁਛ ਵਧੀਆ ਕਰੀਏ, ਐਤਕੀ ਅਸੀਂ ਜਿਵੇਂ ਚਰਖੇ ਮਧਾਣੀਆਂ, ਅਸੀਂ ਆਪਣਾ ਪੁਰਾਣਾ ਸੱਭਿਆਚਾਰ ਖੂਹ ਟਿੰਡਾ ਵਗੈਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਗਲੀ ਵਾਰ ਸਾਨੂੰ ਹੁਣ ਜਿਹੜੇ ਹਿਸਾਬ ਨਾਲ ਰਿਸਪੋਂਸ ਮਿਲਿਆ ਜੀ, ਅਗਲੀ ਵਾਰ ਅਸੀਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਾਂਗੇ। ਬਸ ਸਾਨੂੰ ਥੋੜ੍ਹੀ ਜਿਹੀ ਸਹਿਯੋਗ ਦੀ ਲੋੜ ਹੁੰਦੀ ਆ, ਸਾਨੂੰ ਉਹ ਨਗਰ 'ਚੋਂ ਮਿਲੀ ਜਾਂਦਾ ਗਾ, ਅਸੀਂ ਨਗਰ 'ਤੇ ਵੀ ਮਾਣ ਕਰਦੇ ਹਾਂ ਕਿ ਜਿਹੜਾ ਸਾਡੇ ਨਿੱਕੇ ਜਿਹੇ ਸੱਦੇ 'ਤੇ ਰਹੇ ਸਾਰਾ ਇਕੱਠਾ ਹੁੰਦਾ ਜੀ। ਬਾਕੀ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ, ਅਸੀਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਕਲੱਬ ਵੱਲੋਂ ਜੀ।